ਇੱਕ ਚਲਦੀ ਕਾਰ ਬੇਕਾਬੂ ਹੋ ਗਈ ਜਿਸ ਨੇ ਸੜਕ ਪਾਰ ਕਰ ਰਹੀ ਇੱਕ ਮਹਿਲਾ ਨੂੰ ਜ਼ੋਰਦਾਰ ਟੱਕਰ ਮਾਰੀ। ਹਵਾ ਦੇ ਵਿੱਚ ਉੱਛਲ ਕੇ ਮਹਿਲ ਜ਼ਮੀਨ ਤੇ ਮੁੱਦੇ ਮੂੰਹ ਡਿੱਗ ਗਈ ਔਰ ਕਾਰ ਦਾ ਟਾਇਰ ਇਸ ਮਹਿਲਾ ਦੇ ਉੱਪਰ ਚੜ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆਇਆ। ਉਹ ਮਹਿਲਾ ਜੋ ਸੜਕ ਨੂੰ ਕ੍ਰੋਸ ਕਰਦੀ ਸੀ ਉਸ ਨੂੰ ਇਸ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਹਵਾ ਦੇ ਵਿੱਚ ਉੱਡ ਕੇ ਮਹਿਲਾ ਇੱਕਦਮ ਜ਼ਮੀਨ ਤੇ ਡਿੱਗ ਪਈ। ਦੱਸਦੇ ਕਿ ਇਹ ਕਾਰ ਪਿੱਛੋਂ ਵੀ ਇੱਕ ਬਾਈਕ ਨੂੰ ਟੱਕਰ ਮਾਰ ਕੇ ਆਈ ਹੈ, ਫਿਰ ਇਸ ਨੇ ਮਹਿਲਾ ਨੂੰ ਉਡਾ ਦਿੱਤਾ, ਫਿਰ ਅੱਗੇ ਜਾ ਕੇ ਇਹ ਕਾਰ ਵੀ ਪਲਟ ਗਈ। ਹਾਲਾਂਕਿ ਲੋਕਾਂ ਦੇ ਵੱਲੋਂ ਪਿੱਛਾ ਕਰਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਵਿੱਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ। ਕਾਰ ਦੇ ਵਿੱਚ ਕੁੱਲ 3 ਲੋਕ ਸਵਾਰ ਸੀ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਲੋਕਾਂ ਦੇ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਡਰ ਦੇ ਮਾਰੇ ਭੱਜ ਗਏ ਔਰ ਅੱਗੇ ਜਾ ਕੇ ਇਹਨਾਂ ਦੀ ਕਾਰ ਵੀ ਪਲਟ ਗਈ। ਮਹਿਲਾ ਨੂੰ ਇਹਨਾਂ ਨੇ ਜ਼ੋਰਦਾਰ ਟੱਕਰ ਮਾਰੀ। ਕਿਸ ਤਰੀਕੇ ਦੇ ਨਾਲ ਕਈਆਂ ਨੇ ਜਾਨ ਬਚਾਈ, ਇੱਕਦਮ ਇਸ ਨੂੰ ਦੇਖ ਕੇ ਪਾਸੇ ਹੋ ਗਏ, ਪਰ ਇਹ ਮਹਿਲਾ ਜੋ ਆਪਣੀ ਰਫ਼ਤਾਰ ਦੇ ਨਾਲ ਸੜਕ ਕ੍ਰੋਸ ਕਰਦੀ ਪਈ ਸੀ ਉਸ ਨੂੰ ਜ਼ੋਰਦਾਰ ਇਸ ਕਾਰ ਨੇ ਟੱਕਰ ਮਾਰੀ ਹੈ। ਫਿਰ ਅੱਗੇ ਜਾ ਕੇ ਖੁਦ ਇਹ ਕਾਰ ਪਲਟ ਗਈ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਚਲਦੀ ਕਾਰ ਬੇਕਾਬੂ ਹੋ ਗਈ ਜਿਸ ਨੇ ਸੜਕ ਪਾਰ ਕਰ ਰਹੀ ਇੱਕ ਮਹਿਲਾ ਨੂੰ ਜ਼ੋਰਦਾਰ ਟੱਕਰ ਮਾਰੀ। ਹਵਾ ਦੇ ਵਿੱਚ ਉੱਛਲ ਕੇ ਮਹਿਲ ਜ਼ਮੀਨ ਤੇ ਮੁੱਦੇ ਮੂੰਹ ਡਿੱਗ ਗਈ ਔਰ ਕਾਰ ਦਾ ਟਾਇਰ ਇਸ ਮਹਿਲਾ ਦੇ ਉੱਪਰ ਚੜ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆਇਆ। ਉਹ ਮਹਿਲਾ ਜੋ ਸੜਕ ਨੂੰ ਕ੍ਰੋਸ ਕਰਦੀ ਸੀ ਉਸ ਨੂੰ ਇਸ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਹਵਾ ਦੇ ਵਿੱਚ ਉੱਡ ਕੇ ਮਹਿਲਾ ਇੱਕਦਮ ਜ਼ਮੀਨ ਤੇ ਡਿੱਗ ਪਈ। ਦੱਸਦੇ ਕਿ ਇਹ ਕਾਰ ਪਿੱਛੋਂ ਵੀ ਇੱਕ ਬਾਈਕ ਨੂੰ ਟੱਕਰ ਮਾਰ ਕੇ ਆਈ ਹੈ, ਫਿਰ ਇਸ ਨੇ ਮਹਿਲਾ ਨੂੰ ਉਡਾ ਦਿੱਤਾ, ਫਿਰ ਅੱਗੇ ਜਾ ਕੇ ਇਹ ਕਾਰ ਵੀ ਪਲਟ ਗਈ। ਹਾਲਾਂਕਿ ਲੋਕਾਂ ਦੇ ਵੱਲੋਂ ਪਿੱਛਾ ਕਰਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਵਿੱਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ। ਕਾਰ ਦੇ ਵਿੱਚ ਕੁੱਲ 3 ਲੋਕ ਸਵਾਰ ਸੀ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਲੋਕਾਂ ਦੇ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਡਰ ਦੇ ਮਾਰੇ ਭੱਜ ਗਏ ਔਰ ਅੱਗੇ ਜਾ ਕੇ ਇਹਨਾਂ ਦੀ ਕਾਰ ਵੀ ਪਲਟ ਗਈ। ਮਹਿਲਾ ਨੂੰ ਇਹਨਾਂ ਨੇ ਜ਼ੋਰਦਾਰ ਟੱਕਰ ਮਾਰੀ। ਕਿਸ ਤਰੀਕੇ ਦੇ ਨਾਲ ਕਈਆਂ ਨੇ ਜਾਨ ਬਚਾਈ, ਇੱਕਦਮ ਇਸ ਨੂੰ ਦੇਖ ਕੇ ਪਾਸੇ ਹੋ ਗਏ, ਪਰ ਇਹ ਮਹਿਲਾ ਜੋ ਆਪਣੀ ਰਫ਼ਤਾਰ ਦੇ ਨਾਲ ਸੜਕ ਕ੍ਰੋਸ ਕਰਦੀ ਪਈ ਸੀ ਉਸ ਨੂੰ ਜ਼ੋਰਦਾਰ ਇਸ ਕਾਰ ਨੇ ਟੱਕਰ ਮਾਰੀ ਹੈ। ਫਿਰ ਅੱਗੇ ਜਾ ਕੇ ਖੁਦ ਇਹ ਕਾਰ ਪਲਟ ਗਈ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ।